आओ है गया और डबके मार जाओ डबके और डबके तू मारा जिदी बट्टे भर की जिंदगी है ना तू है करो दरख्तों के उत्ते लंबर लाने वाला मैं सरकारी बंदा सरकारी हां जे सरकारी बंदा है फिर किसे अस्पताल जाके मर ना सानू सरकार तक की मत बोलोए है पानी का बिल असि नहीं भरते बिजली का बिल असि नहीं भरते चूल्हा टैक्स असि नहीं भरते है की कर सरकार खड़े है ओ असि चाहिए तो बहुत कुछ कर सकते हैं हां ओ असि लोगों नु इतनी हरासमेंट देने हैं कि वो दफ्तर वाल मुंह नहीं करते समझे सी केड़ा दफ्तर च मुंडा बेड़े है ओए तुड़िया खां तेरा ना मुख्यमंत्री ने भेजा सी ओ सरकारी बंदा ओ जनाब बैठो ओ जनाब ओ भाभी ओ चाय बना के ले आई भाई दूध नहीं होना ओ भाभी ऐ कर ठंडा लेके आ छेदी कोका फोड़ा छेदी ठंडा की सुंदा है ओ चल भाभी ऐ कर कड़े वाले फ्रिज जो फोका पड़ी ले हां जी जनाब दसो हुक्म करो जी क्यों मैं क्या सी ना मैं सरकारी बंदा ओ असि डोब भी दिने आ तार भी दिने आ अच्छा आ थोनू पता है अर्जी कादी आ हां जी सरकार ने नाम रखा थी भी जेड़ा कोई बंदा किसी भ्रष्ट कर्मचारी ਜਾ ਵੱਡੇ ਅਧਿਕਾਰੀ ਨੂੰ ਸਬੂਤ ਸਮੇਤ ਫੜਾਊਗਾ ਉਹਨੂੰ 5 ਲੱਖ ਦਾ ਇਨਾਮ ਦੇਵਾਂਗੇ ਸਾਡੇ ਚੌਕੀਦਾਰ ਇੰਚਾਰਜ ਨਹੀਂ ਹੈਗਾ ਉਹ ਥਾਣੇਦਾਰ ਝਟਕਾ ਸਿੰਘ ਅੱਛਾ ਰਿਸ਼ਵਤ ਲੈਂਦਾ ਅਸੀਂ ਉਹਦੇ ਖਿਲਾਫ ਅਰਜੀ ਦੇ ਕੇ ਆਏ ਜੀ ਉਹਦੇ ਖਿਲਾਫ ਹਾਂ ਕਦੋਂ ਮਿਲੂਗਾ ਜੀ ਇਨਾਮ ਸਾਨੂੰ ਭਾਈ ਇਨਾਮ ਤਾਂ ਤੁਹਾਡਾ ਇੱਟ ਵਰਗਾ ਪੱਕਾ ਪੱਕਾ ਉਹਨੂੰ ਤਾਂ ਮਿਲ ਵੀ ਜਾਣਾ ਸੀ ਇਹ ਤਾਂ ਬਸ ਕੌਲ ਜੀ ਹੋ ਗਈ ਬਸ ਖਾਦੀ ਕੌਲ ਜੀ ਇਹ ਕੌਲ ਹੋ ਗਈ ਬਸ ਤੁਸੀਂ ਨਾ ਦੋ ਸਾਈਨ ਕਰਨੇ ਸੀ ਆ ਸਾਈਨ ਕਰ ਲਿਓ ਆ ਲੈ ਕਰੋ ਸਾਈਨ ਅੱਛਾ ਅੱਛਾ ਸਾਈਨ ਦਸਤ ਕਰਨੇ ਭੁੱਲ ਗਏ ਜੀਏ ਹਾਂ ਅੱਛਾ ਅੱਛਾ ਲਓ ਜੀ ਤੈਨੂੰ ਮੈਂ ਕਿਹਾ ਸੀ ਨਾ ਵੱਡਾ ਪੰਜਵੀਂ ਪਾਸ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਤਾਂ ਹੁਣ ਹੋਰ ਕਰਾ ਲੈ ਦਸਕ ਜਿੰਨੇ ਮਰਜ਼ੀ ਕਰਾ ਲੈ ਹਾਏ ਲੈ ਘਸਦਾ ਦੀਗਾ ਆ ਲਓ ਜੀ ਗੁੜੀਆ ਖਾਨ ਰਹਿ ਗਿਆ ਦੀਗਾ ਉਹ ਹਾਂ ਭਾਈ ਸਾਹਿਬ ਉਹ ਅਸੀਂ ਤਾਂ ਲੋਕਾਂ ਦਾ ਕਰਜ਼ਾ ਵੀ ਸਿਰ ਤੇ ਚਾੜ ਲਿਆ ਉਹ ਮੇਰੀ ਭਾਬੀ ਨੇ ਤਾਂ ਕੱਪੜੇ ਵਾਲੇ ਤੇ ਵੀ 6000 ਰੁਪਇਆ ਦੇਣਾ ਜੀ ਗੱਲ ਸੁਣੋ ਜੀ ਅਸੀਂ ਆ ਘਰ ਪਾ ਲਾਂਗੇ ਜੀ ਆ ਨਰਕ 'ਚ ਜ਼ਿੰਦਗੀ ਕੱਢਦੇ ਆ ਇਹ ਵੀ ਕਿਰਾਏ ਤੇ ਜੀ ਲਾਲੇ ਦਾ ਘਰ ਹੈ ਇਹ ਕਦੇ ਉੱਥੇ ਬਿਠਾਉਂਦਾ ਸਾਨੂੰ ਕਦੇ ਇੱਥੇ ਬਿਠਾਉਂਦਾ ਜੀ ਹਾਂਜੀ ਜੇ ਸਾਨੂੰ ਪੈਸੇ ਮਿਲ ਜਾਣ ਤਾਂ ਅਸੀਂ ਸਾਰੀ ਉਮਰ ਤੁਹਾਡਾ ਜਸ ਗਾਵਾਂਗੇ ਜੀ ਹਾਂਜੀ ਓਏ ਕੰਮ ਤਾਂ ਤੁਹਾਡਾ ਫੋਰਚ ਜੂ ਫੋਰਚ ਪਹਿਲਾਂ ਤੁਸੀਂ ਮੇਰਾ ਹੱਥ ਤਾਂ ਗਰਮ ਕਰ ਦੋ ਹੱਥ ਗਰਮ ਜੀ ਮੈਂ ਕਰਦਾ ਜੀ ਹੱਥ ਤਾਂ ਗਰਮ ਲੈ ਓਏ ਹੱਥ ਗਰਮ ਕਰਨ ਦੀ ਕੀ ਗੱਲ ਕਰਦੇ ਹੋ ਜੀ ਮੈਂ ਤਾਂ ਹੁਣ ਕਰ ਦਿੰਦਾ ਜੀ ਪੈਸੇ ਮਿਲੇ ਲਓ ਇਹ ਜੀ ਕੋਈ ਕੋਲ ਨਹੀਂ ਅੱਛਾ ਜੀ ਪੈਸੇ ਮਿਲੇ ਲਓ ਲਓ ਜੀ ਲਓ ਜੀ ਲਓ ਓਏ ਮਾਤਾ ਟੋਟੋ 1000 ਰੁਪਿਆ ਮੰਗਿਆ ਸੀ ਓਏ ਮੇਰਾ ਹੱਥ 1000 ਰੁਪਿਆ ਸਾਡੇ ਕੋਲੇ ਜੀ ਸਾਡੇ ਕੋਲ ਜੀ ਇੰਨੇ ਪੈਸੇ ਹੈ ਨਹੀਂਗੇ ਜੀ ਨਹੀਂ ਲੱਛੋ ਤੇਰੇ ਕੋਲੇ ਪੈਸੇ ਹੈਗੇ ਨੇ ਹਾਂ ਕਾਲੇ ਕੁੱਤੇ ਦੀ ਪੂਛ ਨਾ ਇਸ ਚੰਦਰੇ ਦਾ ਮੂੰਹ ਪੁਰਸਣਾ ਪੈਣਾ ਲੂਰੇ ਦਾ ਪੂਰਾ 1000 ਰੁਪਿਆ ਮੰਗਦਾ ਆਪਣੇ ਘਰੇ ਤਾਂ ਕਾਣੀ ਕੋਡੀ ਵੀ ਨਹੀਂ ਹੈਗੀ ਮੈਂ ਭਾਈ ਪੈਸਿਆਂ ਬਿਨਾ ਨਹੀਂ ਸਰੂ ਚੰਗਾ ਭਾਈ ਆ 60 ਰੁਪਏ ਹੈਗੇ ਆਟੇ ਵਾਸਤੇ ਰੱਖੇ ਤੇ ਤੂੰ ਲੈ ਲੈ ਅੱਜ ਸਾਰਾ ਟੱਬਰ ਭੁੱਖਾ ਸੌ ਜੂ ਹੋਰ ਕੀ ਹੈ ਆ ਲਓ ਜੀ ਜਨਾਬ ਸਾਡੇ ਕੋਲ ਤਾਂ ਬਸ ਆਹੀ ਨੇ ਜੀ ਗਰੀਬਾਂ ਕੋਲੇ ਅਸੀਂ ਇੱਕ ਦਿਨ ਨਹੀਂ ਰੋਟੀ ਖਾਵਾਂਗੇ ਜੀ ਪਰ ਸਾਡਾ ਕੰਮ ਕਰ ਦਿਓ ਜਨਾਬ ਸਾਡਾ ਇਨਾਮ ਤਾਂ ਪੱਕਾ ਜੀ ਉਹ ਕੰਮ ਤੁਹਾਡਾ ਹੋਇਆ ਨਾ ਇਨਾਮ ਤਾਂ ਪਰਸ ਨੂੰ ਆਇਆ ਨਾ ਤੁਸੀਂ ਦੇਣਾ ਕੋਈ ਪੈਸੇ ਨੂੰ ਜੱਫੇ ਸੁਪਨਿਆਂ ਦੇ ਨੇ ਰਾਜੇ ਕੁਝ ਵਜੇ ਇਹਨਾਂ ਦੇ ਬਸ ਤੇਰਾ ਬੇੜਾ ਬਹਿ ਜੇ ਐਕਸੀਡੈਂਟ ਹੋ ਜੇ ਤੇਰਾ ਇਹ ਜੇ ਤਾਂ ਸੜਕਾਂ ਤੋਂ ਖੁਰਚ ਖੁਰਚ ਕੇ ਲਾਉਣੇ ਪੈਂਦੇ ਨੇ ਇਹ ਜੇ ਲੂਰੇ ਹਾਂ ਹੁਣ ਤਾਂ 5 ਲੱਖ ਦੇ ਮਾਲਕ ਬਣਾਂਗੇ ਉਹ ਆ ਕੋਈ ਤੁਹਾਰੇ ਝੂਠ ਤੇ ਗੱਫੇ